ਸਟੈਟ ਪੀਡੀਆਟ੍ਰੀਸ਼ੀਅਨ ਐਕਚੁਅਲੀ ਮੈਂ ਰੈਗੂਲਰ ਐਕਸਰਸਾਈਜ਼ ਕਰਦਾ ਹੈਗਾ ਅਤੇ ਮੈਂ ਸਪੋਰਟਸ ਪਲੇਅਰ ਹੈਗਾ ਮੈਂ ਰੈਗੂਲਰ ਕ੍ਰਿਕਟ ਖੇਡਦਾ ਹੈਗਾ ਅਤੇ ਸਪੋਰਟਸ ਐਕਟੀਵਿਟੀ ਦੇ ਦੌਰਾਨ ਮੇਰੇ ਨਾ ਰਾਈਟ ਬਾਈਸੈਪਸ ਟੀਅਰ ਹੋ ਗਿਆ ਸੀਗਾ ਅਤੇ ਮੈਂ ਚਾਹੁੰਦਾ ਸੀ ਵੀ ਮੈਂ ਸਭ ਤੋਂ ਵਧੀਆ ਥਾਂ ਤੋਂ ਇਹਦਾ ਓਪਰੇਸ਼ਨ ਕਰਾਵਾਂ ਅਤੇ ਫਿਰ ਮੈਂ ਕਾਫੀ ਸਰਚ ਕੀਤਾ ਅਤੇ ਮੈਨੂੰ ਅਮਨਦੀਪ ਹੋਸਪਿਟਲ ਬਾਰੇ ਪਤਾ ਲੱਗਿਆ ਅਤੇ ਉੱਥੇ ਡਾਕਟਰ ਇੰਦਰਦੀਪ ਹੈਗੇ ਆ ਸਪੈਸ਼ਲਿਸਟ ਨੇ ਸਪੋਰਟਸ ਇੰਜਰੀ ਦੇ ਅਤੇ ਮੈਂ ਉਹਨਾਂ ਨੂੰ ਮਿਲਿਆ ਮੈਨੂੰ ਮਿਲ ਕੇ ਬਹੁਤ ਅੱਛਾ ਲੱਗਿਆ ਉਹਨਾਂ ਨੂੰ ਮੈਂ ਦੱਸਿਆ ਵੀ ਤੁਸੀਂ ਤੁਹਾਡਾ ਓਪਰੇਸ਼ਨ ਕਿੱਦਾਂ ਹੋਏਗਾ ਅਤੇ ਉਹਨਾਂ ਨੇ ਓਪਰੇਸ਼ਨ ਜਿਹਨੂੰ ਆਪਾਂ ਦੂਰਬੀਨ ਨਾਲ ਕਹਿੰਦੇ ਹੈਗੇ ਉਹਦੇ ਨਾਲ ਮੇਰਾ ਓਪਰੇਸ਼ਨ ਕੀਤਾ ਗਿਆ ਅਤੇ ਬੈਸਟ ਪਾਰਟ ਇਹ ਸੀਗਾ ਵੀ ਓਪਰੇਸ਼ਨ ਤੋਂ ਬਾਅਦ ਉਹਨਾਂ ਨੇ ਵਿਦਇਨ 1 ਮੰਥ ਬਾਅਦ ਮੇਰੀ ਥੋੜ੍ਹੀ ਥੋੜ੍ਹੀ ਐਕਟੀਵਿਟੀ ਸਟਾਰਟ ਕਰਤੀ ਸਾਰਿਆਂ ਨੂੰ ਕਹੂੰਗਾ ਕਿ ਇਹ ਸਾਡੇ ਲਈ ਬਲੈਸਿੰਗ ਹੈਗੀ ਹੈ ਕਿ ਸਾਡੇ ਨੌਰਥ ਇੰਡੀਆ ਦੇ ਵਿੱਚ ਇੱਕ ਬੈਸਟ ਡਾਕਟਰ ਸਾਡੇ ਕੋਲ ਸਪੋਰਟਸ ਇੰਜਰੀ ਸਪੈਸ਼ਲਿਸਟ ਅਵੇਲੇਬਲ ਹੈਗਾ ਕਿਸੇ ਨੂੰ ਵੀ ਜੇ ਕੋਈ ਸਪੋਰਟਸ ਦੇ ਰਿਲੇਟਿਡ ਕੋਈ ਵੀ ਇੰਜਰੀ ਹੋਵੇ ਤਾਂ ਡਾਕਟਰ ਇੰਦਰਦੀਪ ਨੂੰ ਵਿਜ਼ਿਟ ਕਰ ਸਕਦੇ ਅਮਨਦੀਪ ਹੋਸਪਿਟਲ।